दूजे पासे राज मलिक टीम है उन्होंने टीम की इतिहास टक्कर बगी है कि टक्कर होगी शेरा की खड़ के देखू कुल जमाना है ਕਾਪਾ ਜੀ ਸ਼ਾਮ ਨੂੰ ਉਹੀ ਚੁੰਮਣ ਗਏ ਜਿਨ੍ਹਾਂ ਦੇ ਦੌਰੇ ਆ ਗੋਟਾ ਦੇ ਪੱਟਾਂ ਵਿੱਚ ਜਾਣਾ ਜਿਨ੍ਹਾਂ ਦੇ ਦੌਰੇ ਆ ਗੋਟਾ ਦੇ ਪੱਟਾਂ ਵਿੱਚ ਜਾਣਾ ਲਾਉ ਸਾਹਮਣੇ ਬੋਲਾ ਪਾਉਣ ਲਈ ਗੱਜਾ ਮੇਰੇ ਵੀਰ ਤਿਆਰ ਬਰਤਿਆਰ ਤਿਆਰ ਮੁੰਡਾ ਬੱਲਾ ਫਿਆਜ ਆ ਸਾਹਮਣੇ ਫਿਕਰਾਂ ਤੇ ਵਾਧੇ ਕਰਦਾ ਹੋਇਆ ਲੈ ਵੀ ਨੌਜਵਾਨਾਂ ਨੇ ਗੱਲਾਂ ਮੂਹਰੇ ਕਰ ਦਿੱਤਾ ਉਹਨੇ ਅੱਜ ਬਿੱਲੇ ਦੇ ਮੂਹਰੇ ਕਰਦਾ ਬੱਲਿਆ ਅੱਜ ਗੱਜੇ ਦੇ ਝੱਗੇ ਦਾ ਨਾਪਾ ਲੈਣਾ ਤੇ ਲੈਣਾ ਕਿਸੇ ਗੱਲ ਕਰਕੇ ਲਾਉ ਸਾਹਮਣੇ ਕਹਿੰਦੇ ਬਿੱਲਾ ਆਇਆ ਮੇਰੇ ਵੀਰ ਦੁਨੀਆ ਦਾ ਰਸਤੇ ਤੇ ਜਿਹੜਾ ਮੈਂ ਪਿਛਲੀ ਵਾਰੀ ਪੀਲੀ ਤੋਂ ਕਿਸੇ ਵੀ ਚਿੱਟੀ ਪਾ ਲਈ ਉਹਨੇ ਪੀਲੀ ਕਿਸੇ ਹੋਰ ਤੋਂ ਪਵਾਤੀ ਹੈ ਇਸ ਵੇਲੇ ਖੇਡ ਮੈਦਾਨ ਵਿੱਚ ਬਿੱਲਾ ਆ ਗਿਆ ਸਾਹਮਣੇ ਮੇਰੇ ਵੀਰ ਤੇ ਸਾਹਮਣਾ ਗੱਜੇ ਵਾਲਾ ਗੱਜਿਆ ਬੜਿਆ ਨੂੰ ਮਾਰ ਪਾ ਕੇ ਪਾਇਆ ਅੱਜ ਬਿੱਲੇ ਨੂੰ ਦੋ ਛੋਰ ਬੰਨਾ ਆ ਬਿੱਲਾ ਆ ਬਿੱਲਾ ਆ ਬਿੱਲਾ ਉਹਨੇ ਬੜਿਆ ਦੇ ਭੋਗੇ ਜਿੱਤ ਕੀਤੇ ਹੈ ਕਿ ਤੁੱਕ ਦੀ ਰਾਖੀ ਬਿੱਲਾ ਬੈਠਾ ਹੱਥ ਪੈਰ ਦਾ ਮਾਰੂਗਾ ਤੁੱਕ ਦੀ ਰਾਖੀ ਬਿੱਲਾ ਬੈਠਾ ਹੱਥ ਪੈਰ ਦਾ ਮਾਰੂਗਾ ਲਾਉ ਸਾਹਮਣੇ ਖੇਡ ਮੈਦਾਨ ਵਿੱਚ ਬਿੱਲਾ ਕਾਕੋਵਾਲ ਦੀ ਧਰਤੀ ਦਾ ਇਹਨੇ ਬੜਿਆ ਦੇ ਭੋਗੇ ਜਿੱਤ ਕੀਤੇ ਹੈ ਇਹਨੂੰ ਜਿੰਨੀ ਕਹਿੰਦੇ ਨਾ ਜਿਵੇਂ ਬੇਬੀ ਕੋ ਪੇਸ ਪਸੰਦ ਹੈ ਬਿੱਲੇ ਕੋ ਪੇਸ ਪਸੰਦ ਹੈ ਬਿੱਲੇ ਕੋ ਪੇਸ ਪਸੰਦ ਜਿੰਨੀ ਪੇਸ ਮਾਰੇਗਾ ਜਿੰਨੀ ਤਿੱਖੀ ਬੋਲ ਮਾਰੇਗਾ ਇਹਨੇ ਕੋਨੀ ਬਾਹਰ ਮਾਰਦੀ ਹੈ ਜਿੰਨੀ ਤਿੱਖੀ ਮਾਰੇਗਾ ਇਹਨੇ ਉੱਨੀ ਬਾਹਰ ਆਨੇ ਲਾਓ ਸਾਹਮਣੇ ਬੇਬੀ ਬਾਲ ਉਹਨੇ ਫੁੱਟਬਾਲ ਬਣਾ ਦਿੱਤੀ ਹੈ ਉਹਨੇ ਬਾਲ ਦੀ ਫੁੱਟਬਾਲ ਬਣਾ ਦਿੱਤੀ ਹੈ ਕੈਂਡੀ ਬਾਲ ਦੇ ਇੱਕ ਦੋ ਦੋ ਰਨ ਜਿਹੜੇ ਯਕੀਨਨ ਤੌਰ ਤੇ ਹੋਣਗੇ ਮੇਰੇ ਵੀਰੋ ਲਾਓ ਸਾਹਮਣੇ ਦੋ ਰਨ ਦੇ ਬਾਅਦ ਬਿੱਲੇ ਨੇ ਜੋੜ ਦਿੱਤੇ ਹੈ ਹਾਲੇ ਤਾਂ ਬਿੱਲਾ ਸ਼ੁਰੂਆਤੀ ਦੌਰ ਤੇ ਹੈ ਜਿੰਨਾ ਜਿੰਨਾ ਪੁਰਾਣਾ ਹੁੰਦਾ ਗਿਆ ਬਿੱਲੇ ਦਾ ਜਾਣਾ ਪਾਵਰ ਪਲੇ ਇੱਕ ਓਵਰ ਦੀ ਹੈ ਜੀ ਨੋਟ ਕਰ ਲਓ ਪਾਵਰ ਪਲੇ ਇੱਕ ਓਵਰ ਦੀ ਹੋਰੀ ਕੋਈ ਪਾਵਰ ਪਲੇ ਇੱਕ ਓਵਰ ਦੀ ਹੈ ਨੋਟ ਕਰ ਲਓ ਜੀ ਗੱਲਾਂ ਲਾਓ ਬਿੱਲਾ ਸਾਹਮਣੇ ਕਾਕੋਵਾਲ ਦੀ ਧਰਤੀ ਦਾ ਸਵਰਗੀ ਅਮੀਤ ਮਲਿਕ ਜੀ ਉਹਨਾਂ ਦੀ ਜਿਹੜੀ ਇਹ ਟੀਮ ਹੈ ਅੱਜ ਪ੍ਰੀਤੀ ਮਲਿਕ ਜੀ ਇਹਨਾਂ ਨੂੰ ਸਪੋਂਸਰ ਕਰ ਰਹੇ ਹੈ ਲਾਓ ਸਾਹਮਣੇ ਖੇਡ ਮੈਦਾਨ ਵਿੱਚ ਅਮੀਤ ਮਲਿਕ ਜੀ ਯਾਦ ਨੂੰ ਸਮਰਪਿਤ ਕਰਦਾ ਇਹ ਮਰ ਗਿਆ ਤੇ ਪਿੱਛੋਂ ਲੋਕੀ ਮੌਤ ਦੇ ਗਹਾਣ ਲਿਆ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਬਿੱਲਾ ਕਾਕੋਵਾਲ ਲਾਓ ਰੁਕੀ ਮੈਡਮ ਜੀ ਕਹਿੰਦੇ ਆ ਜੇ ਬਿੱਲੇ ਦੀ ਵਿਕਟ ਕੱਢਣਾ 100 ਰੁਪਏ ਮਿਲੇ ਮੇਰੇ 100 ਰੁਪਏ ਦੀ ਵਿਕਟ ਹੋਣੀ ਹੈ ਰੁਕੀ ਮੈਡਮ ਜੀ ਕਹਿੰਦੇ 100 ਰੁਪਏ ਦੀ ਵਿਕਟ ਹੋਊਗੀ ਅੱਜ ਪ੍ਰੀਤੀ ਮੈਡਮ ਕਹਿੰਦੇ 500 ਦੇ ਦੇਣਗੇ ਬਿੱਲਾ ਛੇਕਾ ਮਾਰੂਗਾ ਲਾਓ ਸਾਹਮਣੇ ਕਹਿੰਦੇ ਨੋਟਾਂ ਦੇ ਵੀ ਵਰਦੇ ਆ ਇਹ ਗੱਲ ਪੱਕੀ ਆ ਪੱਕੀ ਆ ਕੇ ਕਹਿੰਦੇ ਮੈਂ ਮੈਚ ਵਿੱਚ ਪੂਰੀ ਜਾਨ ਲੱਗੀ ਹੋਈ ਹੈ ਇੱਕ ਵੱਡੀ ਮੁਬਾਰਕਾਂ ਹੋਰ ਆ ਬਾਈ ਜੀ ਨੀਸ਼ ਮਲਿਕ ਜੀ ਕਹਿੰਦੇ ਆ ਦੋਨਾਂ ਟੀਮਾਂ ਨੂੰ ਜਿਹੜੀ ਟੀਮ ਜਿੱਤੂਗੀ 1100 ਮਨੀਸ਼ ਮਲਿਕ ਜੀ ਦੇਣਗੇ ਇੱਕ ਵਾਰੀ ਤਾੜੀ ਮਾਰਦੇ ਆ ਮਨੀਸ਼ ਮਲਿਕ ਜੀ ਨਾਮ ਤੇ ਕਹਿੰਦੇ ਜਿਹੜੀ ਟੀਮ ਜਿੱਤੂਗੀ ਦੋਨਾਂ ਟੀਮਾਂ ਜਿੱਤੂਗੀ 1100 ਰੁਪਏ ਸਪੈਸ਼ਲ ਤੌਰ ਤੇ ਮਨੀਸ਼ ਮਲਿਕ ਜੀ ਉਹਨਾਂ ਵੱਲੋਂ ਦਿੱਤਾ ਜਾਊਗਾ ਇੱਕ ਸਪੈਸ਼ਲ ਵਿਸ਼ੇਸ਼ ਤੌਰ ਤੇ ਸਾਰੀ ਟੀਮ ਨੂੰ ਦਿੱਤਾ ਜਾਣਾ ਲਾਓ ਸਾਹਮਣੇ ਕਹਿੰਦੇ ਬਿੱਲਾ ਕਾਕੋਵਾਲੀਆ ਸਾਹਮਣੇ ਤਿਆਰ ਦਰ ਤਿਆਰ ਹੈ ਇਹਦੇ ਛੱਕੇ ਦੇਖਣ ਵਾਲੇ ਹੁੰਦੇ ਆ ਲੰਬੇ ਲੰਬੇ ਛੱਕੇ ਮਾਰ ਰਿਹਾ ਕੈਦੀ ਹੋਈ ਬਾਲ ਤੇ ਬਿੱਲਾ ਕਾਕੋਵਾਲੀਆ ਮੇਰੇ ਵੀਰੋ ਬੜਾ ਦਿਮਾਗ ਦਾ ਖਿਡਾਰੀ ਆ ਇਸ ਵੇਲੇ ਖੇਡ ਮੈਦਾਨ ਵਿੱਚ ਤਰ੍ਹਾਂ ਦੇ ਵਾਧੇ ਪਰ ਜਦੋਂ ਦਿਮਾਗ ਵਿਗੜ ਗਿਆ ਨਾ ਫੇਰ ਬਾਹਲਾ ਮਾੜਾ ਜਦੋਂ ਵਿਗੜ ਗਿਆ ਫੇਰ ਦਿਮਾਗ ਬਾਹਲਾ ਮਾੜਾ ਹੈ ਲਓ ਸਾਹਮਣੇ ਖੇਡ ਮੈਦਾਨ ਵਿੱਚ ਓਵਰ ਦੀ ਸਮਾਪਤੀ ਮਾਤਾ ਧਰਤ ਮਹੱਤ ਦਿਵਸ ਰਾਤ ਦੋਨੇ ਦਾਈ ਦਾ ਅਖੇਲੇ ਸਵੇ ਜਗਤ ਗੁਰਬਾਣੀ ਵਿੱਚ ਵੀ ਪਾਣੀ ਦਾ ਵੱਡਾ ਸਤਿਕਾਰ ਜਿਹੜਾ ਕੀਤਾ ਗਿਆ ਪਾਣੀ ਦਾ ਵੱਡਾ ਮਹੱਤਵ ਲਾਓ ਸਾਹਮਣੇ ਖੇਡ ਮੈਦਾਨ ਚ ਆ ਟੱਕਰ ਤੇ ਚੱਕਰ ਬਾਈ ਜੀ ਕਦੇ ਕਦੇ ਦੇਖਣ ਵਾਲੀ ਹੈ ਆ ਟੱਕਰ ਤੇ ਚੱਕਰ ਕਦੇ ਕਦੇ ਦੇਖਣ ਵਾਲਾ ਕਿਉਂਕਿ ਕਿਸੇ ਨੰਬਾ ਦੂਜੇ ਪਾਸੇ ਬਿੱਲਾ ਐਨ ਟੱਕਰ ਪੂਰੀ ਸਿਰੇ ਦੀਆਂ ਮੈਡਮ ਜੀ ਆ ਮੈਚ ਪੂਰੇ ਸਿਰੇ ਦਾ ਆ ਮੈਚ ਸਿਰੇ ਆ ਟੱਕਰ ਪੂਰੀ ਸਿਰੇ ਦੀਆਂ ਰਾਜ ਭਾਜੀ ਇਹਨਾਂ ਉੱਤੇ ਟੱਕਰ ਦੇ ਲਾਓ ਜੇ ਕੁਛ ਲਾਉਣਾ ਲਾਉਣਾ ਤਾਂ ਇਹਨਾਂ ਦੇ ਲਾਓਗੇ ਆ ਟੱਕਰ ਚ ਕੁਛ ਨਾ ਕੁਛ ਜ਼ਰੂਰ ਹੋਣਾ ਜਾ ਤੇ ਅੱਜ ਬਿੱਲੇ ਨੇ 3-4 ਛੱਕੇ ਮਾਰ ਦੇਣੇ ਆ ਜਾਂ ਟੱਪੇ ਨੇ ਮੇਰੇ ਵੀਰ ਨੂੰ ਵਿਗੜ ਕਰ ਦੇਣੀ ਹੈ ਲਾਓ ਸਾਹਮਣੇ ਖੇਡ ਮੈਦਾਨ ਵਿੱਚ ਇੱਕ ਸਿਰੇ ਦਾ ਮੈਚ ਆ ਸਿਰੇ ਦੀ ਟੱਕਰ ਦੋਨਾਂ ਟੀਮਾਂ ਦਰਮਿਆਨ ਲਾਓ ਕਹਿੰਦੇ ਸਾਹਮਣੇ ਨੱਪਾ ਸਿੱਟੋਵਾਲ ਦੀ ਧਰਤੀ ਦੁਨੀਆ ਦਾ ਰੁਸਤ ਮੈਂ ਯੋਧਾ ਐਨ ਕਹਿੰਦੇ ਖੇਡ ਮੈਦਾਨ ਵਿੱਚ ਗੱਲਾਂ ਪਾਉਣ ਲਈ ਤਿਆਰ ਬਰ ਤਿਆਰ ਹੈ ਕਿ ਗਜਰੀ ਉਹ ਦੀ ਜਿੱਤ ਲਿਆਏ ਦਿੱਲੀ ਨੂੰ ਵੀ ਜਿੱਤ ਕੇ ਛੱਡ ਆਏ ਉਹੀ ਦਿੱਲੀ ਟੱਪਦੀ ਅੱਜ ਕੱਲ੍ਹ ਰਾਜਾਂ ਨੂੰ ਤੂੰ ਸਿੰਘ ਮਾਰਦੇ ਠੋਕਰ ਤਖਤਾ ਤਾਜਾਂ ਨੂੰ ਤੂੰ ਸਿੰਘ ਮਾਰਦੇ ਠੋਕਰ ਤਖਤਾ ਤਾਜਾਂ ਨੂੰ ਪੈਂਦੀ ਬਾਲ ਤੇ ਸਾਹਮਣੇ ਬਿੱਲਾ ਕਾਕੋਵਾਲੀਆ ਚੱਕ ਲਿਆ ਬਾਈ ਚੱਕ ਲਿਆ ਲਓ ਸਾਹਮਣੇ ਜੇ ਬਿੱਲੇ ਦੀ ਵਿਕਟ ਕੱਢਦਾ ਨੱਬਿਆ
नीरू मैडम 200 रूपी मैडम वालों 100 रुपये 300 टिकट है 300 टिकट 200 रुपया दी राज सर जी 500 की टिकट है 90 500 की टिकट है किले की टिकट 500 दी पर किले के नब्बा जी कट्ठे खेल रहे हैं एक दे रग रग देती है एक दूजे के रग रग देती है एक दूजे की रग रग जा रहा लाओ सामने पैदी बाहर 300 500 की टिकट पर चौका मार दिता बिले ने चौका मार दिता लाओ सामने खेल मैदान में 4 रन किला जोड़ गया इस वे बिले ने 4 रन वाधे कर दिते हैं 500 की टिकट आ नपया 500 की जे कि बिले ने मोड़ देना 500 की टिकट है 200 राज भाजी 200 रूपी मैडम नीरू मैडम 100 रुपये रूपी मैडम लाओ 500 की टिकट है पाजी बात इस वे खाए 500 बिल्ला मोड़ता बिल्ला बिल्ला मोड़ता बिल्ला मोड़ता बिले को पिंजरे च बंद कर लिया बिले को पिंजरे च बंद कर लिया वाह आओ नौजवान वाह नौजवान उन्हें पिला मोड़ता है ताड़ी मार दे कोई जोर वाह एक फील्डर ने रात में ताड़ी मार दो भाई सोनी फील्डिंग की है सोना कैच दिता है अच्छे मुंडे बल्ले बल्ले धन धन करा दी है एन कहते सोना कैच कर गया लाओ जी कहते 500 सरपा जो नब्बे लगे पाया मुबारकबाद है वोटी मुबारकबाद है इस वे कहते 500 सरपा नब्बे का स्पेशल तौर पर किया लाओ सामने नब्बे ने वड्डी विकेट का पतन कर दिता एक वड्डी विकेट उन्हें मोड़ दिता उन्हें वो मोड़िया भाई जो पिछले मजे जो आउट ही नहीं होया किसी तो आउट नहीं होया अज कहू बंद कर दिता लाओ साहब ने खेल बना एक सोने बाल मुंडे ने पा दी मैं जदार सिद्धू गीता ने कर देना भी वह डाटा दुख मना बैठी बखी बचे हूरे का हूं बंद पिया दरवाजा नहीं जो फानक कोट कपूरे का मैडम जी नाम दसिए बैट्समैन कि कोशिश सोनी की पर रन जरा एक जुड़िया मित्र एक रन जुड़िया लाओ खेड़ ने मैदान में एक रन के वाधे हो गया मित्र मैच बड़ा तगड़ा दोनों टीमों दरमियान इस वे खेड़े जा रहे हैं पहली बॉल के सामने इस वे फयाज नु काम करना बड़ा फयाज फटते बहुत वाइड श्रवण भाजी है वीर दीपक जशिया वाला क्रिकेट का प्रमोटर है आते कहते किसी भी काम उत्ते अलीजा का सम्मान जो मोटरसाइकिल कबड्डी मुबारक अलीजा साडा वीर वो भी कहते जसिया की टीम वालों खेलता है दीपक भाई कहता वह सम्मान जो मोटरसाइकिल विशेष तौर पर आने वाले किसी भी कहते कप से कर देना कबड्डी मुबारकबाद का बड़ा धन्यवाद करे जसिया वाले दीपक वीर का भी लाओ सामने खेल के मैदान में नब्बे की बाल तो सामने अजय ने सामने ओवर की समाप्ति है जी किन्ने रह गए भाई एक रहती है एक रहती है फिर एक रहती है आ जा सामने एक बॉल रहती है सामना अजय ने करना तो बॉल जी नब्बे जुड़े नब्बे तैयारी खिंच ला मुंडा तैयारी खिंच ला जे अज विकटा कर देना दुनिया ने आप बार ताड़ियां मार देनिया सन्मान बड़े तौर पर कर देने उधर कहते बड़े सन्मान हो जाने राज भाजी ने कह दिता ऐलान कर दिता नब्बा कि जे अज कमाल कर देना कि सन्मान बड़े तौर पर विशेष तौर पर देना ऐलान किया कि जितने वाली कोई भी टीम हो 1100 के नाल सन्मान कर देंगे जितने वाली टीम का सन्मान 1100 का ओवर की समाप्ति दसी फिर कितने हो गया है 30 रन हो गया जी दो ओवर 30 हो गया 30 हो गया हाले भी डुले फिर ना कुछ नहीं बिगड़िया बिल्ला मुड़ गया हाले भी डुले फिर ना कुछ नहीं बिगड़िया इतों कहानी वापस मुड़ सकती है इतों कहानी वापस मुड़ सकती है लाओ सामने खेड़ के मैदान में 30 रन दो ओवर की समाप्ति पे अगला ओवर मतलब गज्जे ने करना गज्जे ने करना 6-6 ओवर के मुकाबले है बार टोनी दो ओवर पा सकते हैं बार दो ओवर पा सकते लाओ सामने खेड के मैदान में मैच बड़ा तकड़े दोनों टीमों दरमियान जो खेडा जा रहा इस वे खेड मैदान कहते सिरे का मैच सिरे की टक्कर है दोनों टीमों दरमियान नब्बे है खेचला प्यारी बिल्ला 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 कहना बाहर बैठा गल्ला सोचता है कि मैं कुछ कर देता पर बिल्लिया रीझा इंसान दिया कभी होंगे ने पूरी बिलकदा बखेरा सदा रंधिया अधूरिया सैकल वाला कहना मेरे को महंगी कार हो कार वाला कहना मेरी समय जो ना हो जहाजा वाल देख के वगदा एक घूरिया रीझा इंसान की कभी होंगे ने पूरी और कहते खेड के मैदान में लाओ कहते बाल सिरे की पा दी आ गंजा है जिम्मे राज भाई ने दसा ना गंजा है कि मेरा तो माही तुरने वाला गंजा मंजा कौन भाभी दीवा जगह भी भाभी दीवा जगह लाओ सामने खेड के मैदान च बल है
ਗੱਜੇ ਦੀਆਂ ਹੋਣਗੀਆਂ ਤੇ ਫਿਆਜ ਦੇ ਸਾਹਮਣੇ ਕਹਿੰਦਾ ਫਿਆਜ ਆ ਸਾਹਮਣੇ ਫਿਆਜ ਤੈਨੂੰ ਮਾਰਨੇ ਪੈਣੇ ਆ ਤੈਨੂੰ ਮਾਰਨੇ ਪੈਣੇ ਆ ਲਾਓ ਸਾਹਮਣੇ ਇੱਕ ਰਨ ਜੁੜਦਾ ਗੱਜਾ ਤਾਂ ਕਹਿੰਦੇ ਗਿੱਟੇ ਚੇਨ ਬੋਲ ਪਾਉਂਦਾ ਇਹਨੂੰ ਯਾਰ ਕਰ ਕਹਿੰਦੀ ਆ ਤੁਸੀਂ ਯਾਰ ਕਰ ਯਾਰ ਕਰ ਬੋਲੋ ਇਹ ਟਰਾਈ ਨਹੀਂ ਕਰਦਾ ਇਹ ਕਹਿੰਦਾ ਪੰਜ ਬੋਲਾਂ ਛੇ ਤੋਂ ਜ਼ੋਰ ਕਰ ਮਾਰਦਾ ਹੀ ਮਾਰਦਾ ਵਾਹ ਆਓ ਨੌਜਵਾਨਾਂ ਇੱਕ ਵਧੀਆ ਸੋਚਿਆ ਇੱਕ ਵਧੀਆ ਸੋਚ ਅਤੇ ਪੈਂਦੀ ਫਿਮਾਲ ਇਸ ਵੇਲੇ ਸਾਹਮਣੇ ਅਜੇ ਆ ਗਿਆ ਮੇਰੇ ਵੀਰੋ ਲਾਓ ਸਾਹਮਣੇ ਬਾਲ ਪੈਦੀ ਉਹ ਤੇ ਸਾਹਮਣੇ ਖਿਡਾਰੀ ਮੇਰੇ ਵੀਰੋ ਇੱਕ ਰਨ ਦੇ ਵੱਧ ਜਿਹੜੇ ਯਕੀਨਨ ਤੌਰ ਤੇ ਹੋਣਗੇ ਮੇਰੇ ਵੀਰੋ ਇੱਕ ਰਨ ਦੇ ਵੱਧ ਹੋਣਗੇ ਇੱਕ ਇੱਕ ਤਾਂ ਕੁਛ ਨਹੀਂ ਬਣਨਾ ਲਓ ਰੂਪੀ ਮੈਡਮ ਕਹਿੰਦੇ ਗੱਜਿਆ ਜੇ ਫਿਕਰ ਕਰਦਾ 100 ਰੁਪਇਆ ਰੂਪੀ ਮੈਡਮ ਦੇ ਦੇਵਾਂਗੇ ਰੂਪੀ ਮੈਡਮ ਕਹਿੰਦੇ ਜੇ ਗੱਜਾ ਫਿਕਰ ਕਰਦਾ 100 ਰੁਪਏ ਦਾ ਸਨਮਾਨ 100 ਦੀ ਵਿਕਟ 100 ਦੀ ਵਿਕਟ ਹੈ ਲਾਓ ਸਾਹਮਣੇ 100 ਰੁਪਏ ਦਾ ਸਨਮਾਨ ਮਿੱਤਰਾ ਦਿੱਤਾ ਜਾਊਗਾ ਗੱਜੇ ਦੀ ਵਿਕਟ ਉੱਤੇ 100 ਰੁਪਏ ਸਨਮਾਨ ਰੂਪੀ ਮੈਡਮ ਕਹਿੰਦੇ ਵਿਸ਼ੇਸ਼ ਤੌਰ ਤੇ ਦੇਵਾਂਗੇ ਇੱਕ ਵੱਡੀ ਵੱਡੀ ਵਿਕਟ ਹੋਈ ਲਾਓ ਸਾਹਮਣੇ ਕਹਿੰਦੇ ਖੇਡ ਮੈਦਾਨ ਚ ਬੋਲਾ ਪਾਉਣ ਲਈ ਤਿਆਰ ਵਰਤਿਆਰ ਅਜੇ ਤੇਰੇ ਬੱਲੇ ਚੋਂ ਰਨ ਨਹੀਂ ਆਇਆ ਅੱਜ ਤੇਰੇ ਬੱਲੇ ਚੋਂ ਰਨ ਨਹੀਂ ਆਏ ਦੁਨੀਆ ਛੱਕੇ ਦੇਖਣ ਨੂੰ ਬੈਠੀ ਆ ਕੱਛਾਂ ਚ ਦਿੱਤੇ ਹੱਥ ਤਾੜੀਆਂ ਚ ਬਦਲ ਜਾਏ ਆ ਪਰ ਗੱਜੇ ਨੇ ਵਿਕਟ ਕਰ ਦਿੱਤੀ ਆ ਬੱਲੇ 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 100 ਦੀ ਵਿਕਟਾ 100 ਦੀ ਵਿਕਟਾ ਰੂਪੀ ਮੈਡਮ ਜੀ ਵੱਲੋਂ 100 ਰੁਪਇਆ ਗੱਜਿਆ ਤੈਨੂੰ ਦਿੱਤਾ ਜਾਣਾ ਲਾਓ ਸਾਹਮਣੇ ਐਨ ਕਹਿੰਦੇ ਖੇਡ ਮੈਦਾਨ ਚ ਵੱਡੀ ਵਿਕਟ ਦਾ ਪਾਦਨ ਦੱਸੀਏ ਬਾਈ ਜੀ ਕੌਣ ਆਇਆ ਕਿਹੜਾ ਖਿਡਾਰੀ ਆ ਮੈਡਮ ਜੀ ਦੱਸੀਏ 46 ਰਨ ਖਾਣ ਵਾਲਾ ਸ਼ਾਨਦਾਰ ਹੈਗਾ ਧਰਤੀ ਦਾ ਖਿਡਾਰੀ ਆ ਸਰੀਰ ਮੁੱਢਦਾ ਆੜਦਿਆਂ ਦੇ ਸਿਰਾਣੇ ਵਰਗਾ ਜਿੱਥੇ ਮਾਈਆ ਪੈਰ ਧਰਦਾ ਉੱਥੇ ਉੱਗਦਾ ਸਰੋਂ ਦਾ ਬੂਟਾ ਅੱਗ ਲਾਉਣੀ ਮਹਿਲਾ ਨੂੰ ਕੁੱਲੀ ਸਿਆਰ ਦੀ ਸਵਰਗ ਝੁੱਟਾ ਲਾਓ ਇਹ ਉਹੀ ਸ਼ਾਨਵਾਜ ਹੈ ਉਹੀ ਸ਼ਾਨ ਬਾਬਾ ਗੱਲ ਨਹੀਂ ਕਰਦੀ ਇਹ ਉਹੀ ਸ਼ਾਨਵਾਜ ਹੈ ਇਹ ਉਹੀ ਸ਼ਾਨਵਾਜ ਹੈ ਜਿਹਨੂੰ ਕਹਿੰਦੇ ਸੁਪਨਿਆਂ ਦੇ ਵਿੱਚ ਵੀਰਾ ਅੱਜ ਕੱਲ੍ਹ ਸ਼ੈਲੀ ਫੀਡਾ ਉਹੀ ਸ਼ਾਨਵਾਜ ਲਾਓ ਸਾਹਮਣੇ ਖੇਡ ਮੈਦਾਨ ਵਿੱਚ ਪੈਂਦੀ ਬਾਤ ਕਰਨ ਦੇ ਵੱਧ ਹੋਣਗੇ ਮੇਰੇ ਵੀਰੋ ਇਸ ਵੇਲੇ ਸਾਹਮਣੇ ਫਿਆਜ ਆ ਗਿਆ ਵੀ ਅੱਲਾਹੂ ਦਾ ਅਮਲਾ ਜਾਬ ਕੁੱਲੀ ਦੀ ਫਕੀਰ ਦੇ ਵਿੱਚੋਂ ਕਰਨਾ ਪੈਣਾ ਕੋਈ ਨਾ ਕੋਈ ਕਰਨਾ ਪੈਣਾ ਪੈਂਦੀ ਬਾਤ ਤੇ ਬੱਲੇ 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 ਉਹਨੇ 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 ਖੀਰ ਦੇ ਲਗੇ ਗੁੱਚੀ ਹੈ ਉਹਨੇ ਇਹ ਲੈਣ ਦੇ ਕੋਲ ਜਗ੍ਹਾ ਗੁੱਚੀ ਉਹਨੇ ਦੁੱਖ ਦੀ ਰੱਗ ਤੇ ਮਾਰ ਧਰਿਆ ਦੁੱਖ ਦੀ ਰੱਗ ਤੇ ਮਾਰ ਧਰਿਆ ਕਿ ਜਦੋਂ ਵਿਕਟ ਕੱਢ ਕੇ ਥਾਪੀ ਮਾਰ ਕੇ ਲਾਈਨ ਉੱਤੇ ਗੱਭਰੂ ਜਾਏ ਕੋਈ ਖੜਦਾ ਫੇਰ ਦਿਲ ਗੱਭਰੂ ਦਾ ਉੱਡ ਜੂ ਕਰਦਾ ਫੇਰ ਦਿਲ ਗੱਭਰੂ ਦਾ ਉੱਡ ਜੂ ਕਰਦਾ ਦੱਸੀ ਬਾਈ ਜੀ 3 ਓਵਰ 34 ਹੋਇਆ ਇੱਕ ਵਾਰੀ ਤਾੜੀ ਮਾਰ ਦੇ 4 ਓਵਰ ਲਾ ਮੁੰਡੇ 2 ਵਿਕਟਾਂ ਕੀਮਤੀ ਕੱਢ ਦਿੱਤੀਆਂ ਵਾਹ ਇਹ ਗੱਜਿਆ ਗੱਜੇ ਦੇ ਕੱਚਾ ਮੈਨੂੰ ਲੱਗਦਾ ਸੀਰੀਜ਼ ਲੈਣ ਤੋਂ ਫੜਦਾ ਸੀਰੀਜ਼ ਜਿੱਥੋਂ ਤੋਂ ਫੜਦਾ ਕਿਉਂਕਿ 55 ਰਨ ਪਿਛਲੇ ਮੈਚ ਸੀ 2 ਵਿਕਟਾਂ ਬਾਜੀ 1 ਵਿਕਟ ਤੇ 10 ਰਨ ਦਿੱਤੇ ਜਾਂਦੇ ਗੱਲ ਨੋਟ ਰੱਖਿਓ 1 ਵਿਕਟ ਤੇ 10 ਰਨ ਦਿੱਤੇ ਜਾਂਦੇ ਲਾਓ ਸਾਹਮਣੇ ਖੇਡ ਮੈਦਾਨ ਚ ਪੈਂਦੀ ਬਾਹਰ ਤੇ ਸਾਹਮਣੇ ਸ਼ਾਨਵਾਜ ਜਿੰਨੀ ਸਪੀਡ ਨਾਲ ਆਇਆ ਸੀ ਨਾ ਓਨੀ ਸਪੀਡ ਨਾਲ ਮੋੜਤਾ 90 ਨੇ ਕਹਿੰਦੇ ਵੱਡੀ ਵਿਕਟ ਦਾ ਪਤਾ ਲਾਓ 90 ਕਹਿੰਦੇ ਸਭ ਤੋਂ ਵੱਡੀ ਧਰਤੀ ਦਾ ਵੀ ਜਿਹੜਾ ਤੁਹਾਡੇ ਬਾਲਾ ਪਾ ਰਿਹਾ ਵੀ ਪੈਂਦੀਆਂ ਨੇ ਬਾਲਾ ਅੱਜ ਚੜ ਚੜ ਕੇ ਦੇਖਦਾ ਜਮਾਨਾ ਸਾਰਾ ਖੜ ਕਰਕੇ ਕੌਣ ਕਿੰਨੇ ਪਾਣੀ ਵਿੱਚ ਪਤਾ ਜਾਣਾ ਲੱਗ ਗਈ ਖੇਡ ਦੇ ਮੈਦਾਨ ਵਿੱਚ ਭਾੜੇ ਕੱਢਣ ਗਿਆ ਤੁਸੀਂ ਲਾਓ ਸਾਹਮਣੇ ਖੇਡ ਮੈਦਾਨ ਚ ਮੇਰੇ ਵੀਰੋ 90 ਦੀ ਬਾਅਦ ਕਿਹਾ ਮੁੰਡਾ ਦਾ ਨਾਮ ਨੇ ਜਦੋਂ ਦੱਸਿਆ ਜੀ ਕੌਣ ਹੈ ਇੱਥੇ ਦੇ ਸਾਹਮਣੇ ਇੱਕ ਰਨ ਦੇ ਵਾਧੇ ਪਰ ਮੈਨੂੰ ਲੱਗਦਾ ਨੇੜਿਓ ਬੱਚਿਆ ਕਿ ਬਚ ਕੇ ਮੋੜ ਤੋਂ ਨੌਜਵਾਨਾਂ ਬਚ ਕੇ ਮੋੜ ਤੋਂ ਬਾਅਦ ਨਾਮ ਕੀ ਜਿਹੜਾ ਮਾਰ ਗਿਆ ਸਕੂਲ ਚਾਂਦ ਵਾਹ ਚਾਂਦ ਐਨ ਮੁੰਡਾ ਕਹਿੰਦੇ ਰੰਗ ਬਿਰੰਗਾ ਰੰਗੀਲਾ ਬਣਿਆ ਫਿਰਦਾ ਲਾਓ ਸਾਹਮਣੇ ਕਹਿੰਦੇ ਖੇਡ ਮੈਦਾਨ ਵਿੱਚ ਸਾਹਮਣਾ ਮੁੰਡਾ ਬਿੱਲਿਆ ਜੀ ਨਹੀਂ ਕਰਦਾ ਉਹਨਾਂ ਦਾ ਖੇਡਣ ਨੂੰ ਮੈਨੂੰ ਲੱਗਦਾ ਜੀ ਨਹੀਂ ਕਰਦਾ ਲੱਕੀ ਵੀ ਆਇਆ ਯਾਰੀ ਭਗਵਾਨ ਆਇਆ ਸਮਝਾ ਇਹਨੂੰ ਸਮਝਾ ਇਹਨੂੰ ਸਮਝਾਓ ਇਹਨੂੰ ਸਮਝਾ ਵੀ ਇੱਕ ਰਨ ਲੈਣਾ ਪੈਣਾ ਇੱਕ ਨਾਲ ਹੀ ਜੇ ਤੁਸੀਂ ਇੱਕ ਬਣਾਓਗੇ ਨਾ ਉਹਨਾਂ ਦਾ ਮਨੋਬਲ ਟੁੱਟ ਜਾਣਾ ਤੂੰ ਦੱਸਿਆ ਮੈਂ ਇੱਕ ਰਨ ਬਣਾਉਣਾ ਪੈਣਾ ਚੌਕਾ ਛੱਕਾ ਇੱਧਰ ਉੱਧਰੋਂ ਆਪੇ ਆ ਜਾਣਾ ਲਾਓ ਪੈਦੀ ਬਾਲ ਦਸ ਵੇਲੇ ਪਟਦੇ ਵਾਹ ਉਹ ਨੌਜਵਾਨਾਂ ਇੱਕ ਸੁਰੇ ਦੀ ਫੀਲਡ ਕਰ ਗਿਆ ਇਹ ਹੁੰਦਾ ਬਾਈ ਜੀ ਕੈਚ ਵੀ ਜਿਹੜਾ ਕੈਚ ਕਰਦਾ ਨਾ ਉਹ ਹੀ ਲੈ ਜਾਂਦਾ ਵਾਹ ਉਹ ਨੌਜਵਾਨ ਛੋਟੀ ਉਮਰ ਦਾ ਖਿਡਾਰੀ ਹੈ ਕਿ ਚੜ ਕੇ ਚੁਬਾਰੇ ਚੋਂ ਗਵਾਂਢੀਆਂ ਤੇ ਝਾਕਦਾ ਟਾਈਮ ਦਾ ਨਹੀਂ ਪੱਕਾ ਜਿਹੜਾ 5 ਮਿੰਟੇ ਆਖਦਾ ਲੀਰੋ ਲੀਰ ਕਰੀ ਦੀ ਚੁੰਨੀ ਉਸ ਦੀ ਜਿਹਦੇ ਭਾਈ ਨਾ ਵੱਡਾ ਕੇ ਕੱਪੜੇ ਪਾਈ ਦੇ ਬੰਦਾ 4 ਫੁੱਟ ਹੋਵੇ ਭਾਵੇਂ 6 ਦਾ ਬਸ ਬੰਦਿਆਂ ਵਾਲੇ ਗੁਣ ਹੋਣੇ ਚਾਹੀਦੇ ਬੰਦਾ 4 ਫੁੱਟ ਹੋਵੇ ਭਾਵੇਂ 6 ਦਾ ਬਸ ਬੰਦਿਆਂ ਵਾਲੇ ਗੁਣ ਹੋਣੇ ਚਾਹੀਦੇ ਲਾਓ ਸਾਹਮਣੇ ਖੇਡ ਮੈਦਾਨ ਚ ਆ ਚਾਂਦ ਆ ਚਾਂਦ ਰੰਗ ਬਿਰੰਗਾ ਰੰਗ ਬਿਰੰਗੀ ਦੁਨੀਆ ਗੂੜਾ ਰੰਗ ਪਿਆਰਾ ਦਾ ਤੇ ਮੇਲਣ ਵੜ ਕੇ ਦੇਖ ਮੇਲਣੇ ਮੇਲਾ ਯਾਰਾ ਦਾ ਤੇ ਮੇਲਣ ਵੜ ਕੇ ਦੇਖ ਮੇਲਣੇ ਤੇ ਮੇਲਾ ਕਰਦੀ ਦੁਨੀਆ ਮੇਲਾ ਬੜਾ ਝਮੇਲਾ ਕੰਮ ਵਾਲੇ ਕੋ ਫੁਰਸਤ ਹੈ ਨੀ ਮੌਜ ਉਡਾਵੇ ਵੇਲਾ
दुत मलाइया खा गए बाबे खाली पिया कबेला पहला तो परहेज नहीं किया हूं मंगते गजरेला मिठा खाका शुगर होगी खाना पिया करेला सौ बंदर जो फूल लड़ाने एक दिखा दे केला मोटा लुट मित्रा चलो 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 चली जा मेला दुनिया चलो चली जा मेला मौजा लुट मित्रा लाओ सामने ओवर की समाप्ति दसी भाजी किन्ने हो गए ओवर हो गया नहीं एक बॉल पई है नब्बे एक पई है मुड़ के गल मेरे लिए पास मुड़े भी सुने अंपायर का डिसीजन आखिरी डिसीजन है आखिरी डिसीजन है अंपायर का डिसीजन डिसीजन अंपायर का आखिरी डिसीजन है भी जेडे अंपायर ने गल कह दी है ना वो मननी पड़ी है कि जे अंपायर ने कहा था ना मज चिट्टी है तो मनना पैना मज चिट्टी है जे अंपायर ने कहा था ना दिन नू रात आ दे रात नू दिन आ भावे मित्र नौर हो चल जी उत्थे कहते रात ही नहीं होंगी उत्थे भी कह देना भी रात है लाओ सामने खेड़ बना के पैदी बात सुबह एक रात होगा बिजली जरूर होगा पीछे सरकार है आओ सामने खेड़ के दो दो दे बाते मुंडे अपनी टीम ली जोड़ देते चांद है चांद चांद जेड़ा कहते किन्ने रन जी सैंती रन सैंती रन सैंती थोड़े है बिल्ले ने भी पता रन थोड़े है ਕੀ ਜੇ ਅੱਜ ਨੱਪਾ ਬਿਗੜ ਗਿਆ ਨਾ ਉਹਨੇ ਇੱਕ ਚ ਮਾਰ ਦੇਣੇ ਆ ਉਹਨੇ ਇੱਕ ਚ ਮਾਰ ਦੇਣੇ ਆ ਗੱਲਾਂ ਟਿਕਾਣੇ ਲੱਗ ਜਾਣੇ ਲਾਓ ਸਾਹਮਣੇ ਖੇਡ ਮੈਦਾਨ ਤੇ ਮੈਨੂੰ ਲੱਗਦਾ ਅਭਿਸ਼ੇਕ ਨੇ ਬੋਲ ਪਾਉਣੀ ਹੈ ਔਰ ਸਾਹਮਣੇ ਆ ਨਵੇਂ ਬੈਟਸਮੈਨ ਦਾ ਨਾਮ ਆ ਜ਼ਰੂਰ ਤੁਸੀਂ ਕਹੋ ਇਰਫਾਨ ਵਾਹ ਇਰਫਾਨ ਇਰਫਾਨ ਆ ਸਾਹਮਣੇ ਇਰਫਾਨ ਦੇ ਸਾਹਮਣੇ ਕਰਨਾ ਇਰਫਾਨ ਬਿਠਾ ਕੇ ਦੁਨੀਆ ਰਹਿਣਦੀ ਹੈ ਪਰ ਆ ਇਰਫਾਨ ਆ ਮੇਰੇ ਵੀਰੋ ਸਾਹਮਣੇ ਖੇਡ ਮੈਦਾਨ ਚ ਆ ਵੀ ਇਰਫਾਨ ਵੱਡੇ ਤੇ ਤੇ ਮਾਨ ਕਿਤੇ ਗਿਆ ਮਨ ਜੀ ਵੱਲੋਂ ਨੀਤ ਮਲਿਕ ਜੀ ਦੀ ਟੀਮ ਹੈ ਔਰ ਦੂਜੇ ਪਾਸੇ ਰਾਜ ਮਲਿਕ ਜੀ ਦੀ ਟੀਮ ਹੈ ਪੈਂਦੀ ਬਾਲ ਜਿਸ ਵੇਲੇ ਹਾਈ ਹੋ ਰਪਾ ਸ਼ੇਰੇ ਦੀ ਬਾਲ ਤੇ ਭੱਜ ਕੇ ਉਹਦੇ ਦੂਰੋਂ ਕਿਲੋਮੀਟਰ ਤੇ ਭੱਜ ਕੇ ਕਹਿੰਦੇ ਇਹਨੂੰ 100 ਦੀ ਸਪੀਡ ਤੇ ਮਾਰਦਾ ਬਾਜਮਾਨ ਨੇ ਕਹਿੰਦੇ ਸ਼ੇਰੇ ਦੀ ਬਾਲ ਪਾ ਦਿੱਤੀ ਹੈ ਕਿ ਚੱਲ ਦੇਖੋ ਸਮੇਂ ਤੇ ਜ਼ਮਾਨਾ ਹੈ ਪੁਕਾਰ ਦਾ ਸ਼ੇਰੇ ਦਾ ਖਿਡਾਰੀ ਮੁੰਡਾ ਤੇਜ਼ ਰਫ਼ਤਾਰ ਦਾ ਵੀ ਸ਼ੇਰੇ ਦਾ ਖਿਡਾਰੀ ਮੁੰਡਾ ਤੇਜ਼ ਰਫ਼ਤਾਰ ਦਾ ਬਾਕੀ ਸੋਹਣੀ ਬਾਲ ਪਾ ਦਿੱਤੀ ਹੈ ਇਸ ਵਾਰੀ ਪੈਂਦੀ ਸ਼ੁਰੂਆਤ ਤੇ ਆਊਟ ਦੇ ਇਸ਼ਾਰੇ ਪਰ ਲਾਓ ਮੁੰਡਿਆ ਮੋੜਦਾ ਪੈਣਾ ਮੋੜਦਾ ਪੈਣਾ ਮੋੜਦਾ ਪੈਣਾ ਆਓ ਜੀ ਅਗਲਾ ਬੱਲੇਵਾ ਜਲਦੀ ਨਾਲ ਅਗਲਾ ਬੱਲੇਵਾ ਇਹ ਤਾਂ ਮੈਚ ਹੈ ਜਿਹੜਾ ਭੱਜ ਗਿਆ ਰੋਵਰ ਭੱਜ ਗਿਆ ਪ੍ਰੇਮ ਜੋਰ ਦੇ ਦੇ ਕੰਮ ਦਾ ਬੜੀ ਕਰ ਲੈਣਾ ਮਿੱਤਰਾ ਚੌਕੇ ਛੱਕੇ ਮਾਰਨੇ ਬੜੇ ਆ ਚੌਕੇ ਛੱਕੇ ਕਿਉਂਕਿ ਉੱਚ ਭਾਵੇਂ ਬੋਲੋ ਯਾਰ ਲੱਖ ਮੱਦੀਆਂ ਗੱਲ ਛੱਕਿਆ ਤੇ ਮੁੱਕਣੀਆਂ ਬਿਲਕੁਲ ਜੀ ਰਾਜ ਸਰ ਨੇ ਗੱਲ ਮੈਨੂੰ ਕੱਲ ਗਈ ਸੀਗੀ ਕਿ ਰਾਜ ਸਰ ਦੀ ਟੀਮ ਆ ਨਾ ਉਹ ਸਾਰਿਆਂ ਨੂੰ ਬਾਰੀ ਹੁੰਦੀ ਆ ਕੱਲੇ ਕੱਲੇ ਬੰਦੇ ਦੀ ਬਾਰੀ ਹੁੰਦੀ ਆ ਜਦੋਂ ਰਾਜ ਸਰ ਦੀ ਟੀਮ ਬੋਲਿੰਗ ਕਰਦੀ ਹੁੰਦੀ ਆ ਨਾ ਇਹ ਗੱਲ ਬਹੁਤ ਵਧੀਆ ਲੱਗੀ ਆ ਕਿ ਹਰ ਇੱਕ ਬੰਦੇ ਦੀ ਬਾਰੀ ਹੁੰਦੀ ਕਿਉਂਕਿ ਸਾਰੀ ਦੀ ਸਾਰੀ ਟੀਮ ਆਲ ਆਊਟ ਹੁੰਦੀ ਹੈ ਇਹ ਗੱਲ ਵਧੀਆ ਵੀ ਰਾਜ ਸਰ ਨਾਲ ਮੈਚ ਲਾਉਣ ਦਾ ਇੱਕ ਬਹੁਤ ਵਧੀਆ ਜਿਹੜਾ ਫਾਇਦਾ ਹੋ ਜਾਂਦਾ ਕਿ 11 ਤੇ 11 ਖਿਡਾਰੀ ਬੈਟਿੰਗ ਕਰ ਜਾਂਦੇ 11 ਤੇ 11 ਖੇਡ ਜਾਂਦੇ ਲਾਓ ਸਾਹਮਣੇ ਕਿਹੜੇ ਖੇਡ ਬਣਾ ਕੇ ਅਭਿਸ਼ੇਕ ਦੇ ਬਾਅਦ ਤੇ ਸਾਹਮਣੇ ਚਾਂਦ ਨੇ ਸਾਹਮਣਾ ਕਰਨਾ ਮੇਰੇ ਮਿੱਤਰੋ ਚਾਂਦ ਆ ਮੇਰੇ ਚਾਂਦ ਸਵੇਰ ਦਾ ਖੜਾ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਮੁੰਡਿਆ ਕੁਝ ਨਹੀਂ ਕੀਤਾ ਕੁਝ ਤਾਂ ਕਰਨਾ ਬਣਾ ਉਹਦਾ ਨੰਗੀ ਬੋਲ ਦੇ ਤੇ ਬੱਲਾ ਘਮਾਉਂਦਾ ਨੰਗੀ ਬੋਲ ਤੇ ਜਦੋਂ ਬੱਲਾ ਬਾਲ ਕੀਪਰ ਕੋਲ ਪਹੁੰਚ ਜਾਂਦੀ ਨਾ ਹੋਰ ਬੱਲਾ ਘਮਾਉਂਦਾ ਮਿੱਤਰ ਲਾਓ ਸਾਹਮਣੇ ਕਿਹੜੇ ਖੇਡ ਬਣਾ ਦੇ ਸਿਰੇ ਦੀ ਵਾਲ ਰੰਗ ਬਰੰਗਾ ਬੜਾ ਫੈਲਾ ਮੇਰੇ ਵੀਰੋ ਅੱਜ ਕਹਿੰਦੇ ਐਨ ਪਿੰਕ ਪਿੰਕ ਹੋਇਆ ਫਿਰਦਾ ਪਿੰਕ ਪਿੰਕ ਹੋਇਆ ਫਿਰਦਾ ਲਾਓ ਸਾਹਮਣੇ ਖੇਡ ਬਣਾ ਚ ਬਾਲ ਅਭਿਸ਼ੇਕ ਦੀ ਤੇ ਚਾਂਦ ਨੇ ਸਾਹਮਣਾ ਕਰਨਾ ਪੈਂਦੀ ਹੋਈ ਬਾਲ ਇਸ ਵੇਲੇ ਵਾਹਿਦਾ 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 ਨੌਜਵਾਨ ਵਾਹਿਦਾ ਪਾਦੇ ਖੜ ਕੇ ਪਾਦੇ ਉਹਨੇ ਕਹਿੰਦਾ ਮਾਰਨਾ ਉਹ ਤਾਂ ਕਹਿੰਦੇ ਨਿੱਕੀ ਤੇ ਮਾਰਦਾ ਉਹ ਕਹਿੰਦਾ ਮਾਰਦਾ ਸਮਝਾ ਲਓ ਇਹਨੂੰ ਸਮਝਾ ਲਓ ਮੈਨੂੰ ਜੀ ਸਮਝਾਉਣਾ ਪੈਣਾ ਸਮਝਾ ਲਓ ਪਾਣੀ ਸਿਰ ਤੋਂ ਲੰਘਦਾ ਜਾ ਰਿਹਾ ਸਮਝਾਉਣਾ ਪੈਣਾ ਨਹੀਂ ਸਮਝਾਇਆ ਤੇ ਘਰ ਵਾਪਸੀ ਹੋ ਜਾਣੀ ਹੈ ਲਾਓ ਸਾਹਮਣੇ ਕਹਿੰਦੇ ਪੈਂਦੀ ਬਾਤ ਇਸ ਵੇਲੇ ਮੁੰਡੇ ਨੇ ਸੋਹਣੀ ਕੋਸ਼ਿਸ਼ ਕੀਤੀ ਆ ਪਰ ਸਾਹਮਣੇ ਕਹਿੰਦੇ ਛੋਟੀ ਉਮਰ ਦਾ ਖਿਡਾਰੀ ਸਿਰੇ ਦੀ ਫੀਲਡ ਕਰ ਗਿਆ ਇੱਕ ਵਧੀਆ ਫੀਲਡ ਕਰ ਦਿੱਤੇ ਤਿੰਨ ਰਨ ਆਪਣੀ ਟੀਮ ਲਈ ਮੁੰਡੇ ਨੇ ਰੋਕ ਦਿੱਤੇ ਆ ਐਨ ਕਹਿੰਦੇ ਵਧੀਆ ਜਿਹੜੀ ਮੁੰਡੇ ਨੇ ਕੋਸ਼ਿਸ਼ ਕੀਤੀ ਆ ਵੀ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਮਿਹਨਤਾਂ ਤੋਂ ਬਿਨਾਂ ਜਾਜਾਕਾਰ ਨਹੀਂ ਹੁੰਦੀ ਮਿਹਨਤਾਂ ਤੋਂ ਬਿਨਾਂ ਕਦੇ ਵੀ ਜਾਜਾਕਾਰ ਨਹੀਂ ਹੁੰਦੀ ਬਾਕੀ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਫੇਰ ਕਰਕੇ ਦੁਨੀਆ 'ਚ ਨਾਮ ਆਉਂਦਾ ਪੈਂਦੀ ਬਾਲ ਦੇ ਬੱਲੇ 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 ਸੋਹਣੀ ਕੋਸ਼ਿਸ਼ ਹੈ ਪਰ ਵਿਕਟ ਦਾ ਪਤਨ ਲਾਓ ਸਾਹਮਣੇ ਖੇਡ ਬਣਾ ਕੇ ਕਬੱਡੀ ਵਿਕਟ ਦਾ ਪਤਨ ਆ ਵੀ ਜੇ ਅਗਲਾ ਖਿਡਾਰੀ ਓਵਰ ਹੋ ਗਿਆ ਭਾਜੀ ਕਿੰਨੇ ਹੋ ਗਏ 43 ਰਨ ਆਇਆ ਜੀ ਸਿਰਫ ਤਿੰਨ ਰਨ ਇੱਕ ਓਵਰ ਲਾਸਟ ਓਵਰ ਹੈ ਲਾਸਟ ਓਵਰ ਹੈ ਜੀ ਲਾਸਟ ਓਵਰ ਹੈ 40 ਹੋ ਗਏ ਹੈ 30 ਬੋਲਾ 40 ਹੋ ਗਿਆ 30 ਬੋਲਾ 40 ਹੋ ਗਿਆ ਆਖਰੀ ਓਵਰ ਹੈ ਸ਼ਮਸ਼ੁਦੀਨ ਆ ਗਿਆ ਸ਼ਮਸ਼ੁਦੀਨ ਸਾਹਮਣੇ ਕਹਿੰਦੇ ਸ਼ਮਸ਼ੁਦੀਨ ਨੇ ਜਿਹੜੀ ਬਾਲ ਦੀ
सामना करना मेरे वीरो एवं नौजवान प्यारी खेत बिगड़िया कुछ नहीं जे कि दो चार छक्के आ गए ना फिर मैच बन सकता नेड़े हो सकता फिर नेड़ हो जाए फिर बेले होना मैं बाकी काम कर देना पर इस वे मैं लगता कीपर ने फिर वह साथ दिता लाओ सामने कहते चार रन के बाद फोर कहते वाधू रन कहते जोड़ता नजर आ रहा भावे पलेवाल ने टक्का नहीं तोड़िया पर दूजे पासे कहते सामने वाला ने भी थोड़ा जहा साथ दिया ला भी चाली के चौताली बढ़ा दिया लाओ सामने खेल के मैदान में बाला पाने मन लगा सत्ते माप आया तो मैं किसी बहुत शमशु देना वाह नौजवान चार 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 इन पिछे रखा पिछे लगा खाने पहला नहीं भेजे इतो पिट्टी कराने इतो कहते पहला भेजना से पहला मैंने पहला भेजा होगा ना हम तो रन जो पंजाब प्लस पहले ही कर देना फिर लाओ सामने फिर भी चलते मैच में मुझे तो सोहनी कोशिश की चार रन अपनी टीम ने शमशु दीन ने जोड़ दिते ला भी शमशु दीन तो सामने सत्यम पहली बार दो चार चौके छे होर मारते हैं मैच बड़ा नेड़ हो जाना है पता छे छे ओवर गेम कटी हो जाती है जेडे खिलाड़ी तीन तीन ओवर जमाना जाते ना वो छे च नहीं बना सकते क्रिकेट खेल है जो क्योंकि असं भी लगातार क्रिकेट खेलते आए हैं ਖਿਡਾਰੀ ਨੂੰ ਮੌਕਾ ਨਹੀਂ ਦਿੱਤਾ ਜੇ ਕੈਚ ਕਰ ਲੈਂਦਾ ਨਾ ਗਿਆਰਵਾਂ ਖਿਡਾਰੀ ਵੀ ਖੇਡਣ ਆ ਜਾਣਾ ਸੀ ਲਾਓ ਖੇਡ ਬਣਾ ਚੇਤਰਾਂ ਦੇ ਬਾਅਦ ਸੋਹ ਕੇ ਮੇਰੇ ਵੀਰੋ ਡਬਾ ਖਿਡਾਰੀ ਸਾਹਮਣੇ ਆਇਆ ਇਸ ਵੇਲੇ ਸੱਤਿਆਂ ਦੀ ਬਾਲ ਤੇ ਸਾਹਮਣੇ ਮੁੰਡਾ ਟਰਾਈ ਕਰੂਗਾ ਲਾਵੇ ਨੌਜਵਾਨਾਂ ਤਿਆਰੀ ਖੇਚ ਪਹਿਲੀ ਬਾਲ ਤੇ ਮੁੰਡਾ ਟਰਾਈ ਕੀਤੀ ਆ ਦੋ ਨੌਜਵਾਨਾਂ ਦਿੱਤਾ ਸਾਹਮਣੇ ਆ ਇੱਕ ਰਨ ਦੇ ਵਾਧੇ ਜਿਹੜੇ ਯਕੀਨਨ ਤੌਰ ਤੇ ਹੋਣਗੇ ਪਰ ਦੂਜਾ ਰਨ ਦੱਸਿਓ ਜੀ ਰਮਣ ਜੀ ਦੋ ਰਨ ਹੈ ਦੋ ਰਨ ਓਵਰ ਦੀ ਸਮਾਪਤੀ ਦੱਸੀ ਟਾਰਗੇਟ ਕਿੰਨੇ ਦਾ ਜੀ ਛੱਕਾ 200 ਦਾ ਹੋਣਾ ਹੈ ਰਾਜ ਭਾਜੀ ਕਹਿੰਦੇ ਵੀ 90 ਦਾ ਛੱਕਾ 200 ਦਾ ਹੋਣਾ ਮਿੱਤਰਾ ਪੈਂਤੀ ਬਾਅਦ ਤੇ 90 ਨੇ ਪਹਿਲੀ ਤੇ ਛੱਕਾ ਮਾਰਦਾ ਰਾਜ ਮਿੱਤਰਾ ਬੱਲੇ ਬੱਲੇ ਕਰਵਾ ਦਿੰਦੀ ਹੈ ਪਹਿਲੀ ਤੇ ਛੱਕਾ ਮਾਰਦਾ ਕਿ ਪਹਿਲੀ ਪੇਸ਼ੀ ਯਾਰ ਸ਼ੁੱਟ ਦੇ ਲੱਟੂ ਵੱਟ ਦੀ ਕਚਹਿਰੀਓ ਆਵਾ ਵੀ ਪਹਿਲੀ ਪੇਸ਼ੀ ਯਾਰ ਸ਼ੁੱਟ ਦੇ ਲੱਟੂ ਵੱਟ ਦੀ ਕਚਹਿਰੀਓ ਆਵਾ ਪਹਿਲਾ ਛੱਕਾ 200 ਦਾ ਵੱਜ ਗਿਆ ਐਨ ਗੱਲਾਂ ਟਿਕਾਣੇ ਲੱਗ ਜਾਣੀਆਂ ਲਾਓ ਸਾਹਮਣੇ ਕਹਿੰਦੇ ਵਿਆਜ ਦੀ ਬਾਲ ਤੇ 90 ਸਿੱਧੋਵਾਲ ਦੀ ਧਰਤੀ ਦਾ ਨੌਜਵਾਨ ਗੱਭਰੂ ਪੈਂਤੀ ਸੌ ਬਾਲ ਤੇ 90 ਦੇ ਸੋਹਣੇ ਟਰਾਈ ਕੀਤੇ ਬੱਲੇ 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 ਚਾਰ ਰਨ ਜੋੜਦੇ ਚਾਰ ਰਨ 90 ਦਾ ਫੇਵਰੇਟ ਕਰਾਉਣਾ 90 ਨੇ ਇੱਥੇ ਕਈਆਂ ਨੇ ਧੋਗੇ ਜਿੱਤ ਕੀਤੇ ਆ ਜਿਹੜਾ ਲੰਬਾ ਸਮਾਂ ਕ੍ਰਿਕਟ 90 ਨੇ ਨੂਰਵਾਲਾ ਦੀ ਟੀਮ ਜੋ ਇੱਥੇ ਖੇਡਿਆ ਕਾਕੋਵਾਲ ਦੀ ਟੀਮ ਜੋ ਇੱਥੇ ਖੇਡਿਆ ਆਪਣੀ ਟੀਮ ਦੇ ਉੱਤੇ ਖੇਡਿਆ ਅੱਜ 90 ਸਿੱਧੋਵਾਲ ਦੀ ਧਰਤੀ ਦੇ ਜਿਹੜਾ ਸਾਹਮਣੇ ਮੇਰੇ ਖੇਡ ਰਿਹਾ ਨਾ ਇਹ ਦੁਨੀਆ ਦਾ ਮਹਾਨ ਖਿਡਾਰੀ ਆ ਲਾਓ ਸਾਹਮਣੇ ਪੈਂਦੀ ਬਾਲ ਤੇ ਮੁੰਡੇ ਨੇ ਚਾਰ ਰਨ ਦੇ ਵਾਧੇ ਕਰ ਦਿੱਤੇ ਆ ਕਿ ਬੋਟਿਆਂ ਤੋਂ ਚੁੱਕ ਦੇ ਜਿਹੜੇ ਬੱਲੀਏ ਉਹ ਅਸੀਂ ਪੁੱਠੀਆਂ ਚ ਮਿਲਚੇ ਹੋਇਆ ਸਿਰ ਕੱਢ ਮੇ ਰਿਕਾਰਡ ਪੈਦਾ ਕੀਤੇ ਹੋਇਆ ਸਿਰ ਕੱਢ ਮੇ ਰਿਕਾਰਡਾਂ ਵਿੱਚ ਨਾ ਬੋਲਦਾ ਇੱਕ ਥਾਂ ਥਾਂ ਨਹੀਂ ਇੱਕ ਪਿੰਡ ਨਹੀਂ ਹਰ ਥਾਂ ਬੋਲਦਾ ਇਹ ਗੱਲ ਪੱਕੀ ਹੈ ਵੀ ਨੰਬਰ ਵਾਲ ਨੰਬਰ ਜਿਹੜਾ ਸਭ ਤੋਂ ਵਾਲੀ ਜਾਣਾ ਇਹਦੀ ਪੂਰੀ ਚੜ੍ਹਾਈ ਲਾਓ ਸਾਹਮਣੇ ਖੇਡ ਬਣਾ ਕੇ ਸਿਰ ਦੇ ਬਾਲ
ਸਿਆਲ ਜੀ ਤੇ ਮੁੰਡੇ ਨੇ ਕੱਪਾ ਕੱਪਾ ਸੁਬਾ ਤੇ ਕਿਸਰ ਦਾ ਕੱਪਾ ਦੇਖੀ ਉਹ ਨੌਜਵਾਨ ਚੌਕੇ ਦੇ ਬਾਹਰ ਨਾ ਮਾਰਦੀ ਪਰ ਰੰਗ ਜਿਹੜੇ ਇੱਕ ਭੱਜ ਕੇ ਉਹ ਜੁੜ ਚੁੱਕਿਆ ਹੈ ਨੱਬੇ ਦੇ ਕਿਰਨ ਭੱਜ ਕੇ ਜੋੜ ਦਿੱਤਾ ਮਾਊ ਸਾਹਮਣੇ ਇੱਕ ਰਾਂ ਦੇ ਵਾਧੇ ਹੋਣਗੇ ਜੀ ਇੱਕ ਰਾਂ ਦੇ ਵਾਧੇ ਜਿਹੜੇ ਮੁੰਡੇ ਨੇ ਆਪਣੀ ਟੀਮ ਲਈ ਜੋੜ ਦਿੱਤਿਆ ਮਿਲਦੀ ਹੈ ਲਾਓ ਸਾਹਮਣੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮਿਲਦਾ ਕਾਕੋ ਵਾਲੀ ਹੈ ਤੇ ਨੰਬਾ ਸੰਤੋ ਵਾਲ ਦੀ ਧਰਦੀ ਹੈ ਯਾਰੀ ਭਾਵੇਂ ਦੋਨਾਂ ਦੀ ਪੱਕੀ ਹੈ ਪਰ ਅੱਜ ਕਹਿੰਦੇ ਪੂਰੀ ਟੱਕਰ ਆਪਸ ਵਿੱਚ ਹੋ ਗਈ ਹੈ ਅੱਜ ਕਹਿੰਦੇ ਮੈਦਾਨ ਵਿੱਚ ਟੱਕਰ ਜਿਹੜੀ ਆਪਸ ਵਿੱਚ ਹੋ ਗਈ ਹੈ ਵੀ ਮਿੱਤਰਾਂ ਚ ਖੜਕ ਪਈ ਕਹਿੰਦੇ ਸੁਣ ਕੇ ਜਾਈ ਦਿਲਦਾਰਾ ਮਿੱਤਰਾਂ ਚ ਖੜਕ ਪਈ ਜਾਜੀ ਵਿਆਸ ਨੇ ਆਪਣੇ ਗੀਤਾਂ ਦੀ ਗੱਲਾਂ ਕੀਤੀਆਂ ਵੀ ਮਿੱਤਰਾਂ ਚ ਖੜਕ ਪਈ ਅੱਜ ਸੁਣ ਕੇ ਜਾਈ ਦਿਲਦਾਰਾ ਔਰ ਸਾਹਮਣੇ ਖੇਡ ਮੈਦਾਨ ਦੀ ਟੱਕਰ ਪੂਰੀ ਸਿਰੇ ਦੀ ਹੈ ਆਹ ਟੱਕਰ ਤੇ ਚੱਕਰ ਕਦੇ ਕਦੇ ਦੇਖਣ ਮਿਲੇ ਕਿਉਂਕਿ ਦੋਨੇ ਜਾਣੇ ਇੱਕੋ ਟੀਮ ਚ ਬੜਾ ਲੰਬਾ ਸਮਾਂ ਖੇਡਦਾ ਜਦੋਂ ਸੱਟੋਵਾਲ ਦੀ ਟੀਮ ਖੇਡਦੀ ਹੈ ਨਾ ਬਾਹਰੋਂ ਬਿੱਲਾ ਫੜਾਉਂਦੇ ਆ ਪਰ ਜਦੋਂ ਕਾਕੋਵਾਲ ਦੀ ਟੀਮ ਖੇਡਦੀ ਹੈ ਬਾਹਰੋਂ ਕਹਿੰਦੇ ਨੱਬਾ ਫੜਾਉਂਦੇ ਆ ਇਹ ਗੱਲਾਂ ਸੱਚੀਆਂ ਨੇ ਬਾਈ ਜੀ ਔਰ ਜਿਹੜੇ ਲੰਬਾ ਸਮਾਂ ਕਿਉਂਕਿ ਅਸੀਂ ਵੀ ਇਹਨਾਂ ਨਾਲ ਖੇਡੀ ਹੈ ਲਾਓ ਸਾਹਮਣੇ ਖੇਡ ਮੈਦਾਨ ਵਿੱਚ ਪੈਂਦੀ ਬਾਹਰ ਨੱਬਾ ਸੱਟੋਵਾਲੀ ਆ ਪੈਂਦੀ ਬਾਹਰ ਦੇ ਮੁੰਡੇ ਨੇ ਸੋਹਣੀ ਟਰਾਈ ਕੀਤੀ ਹੈ ਇਸ ਵੇਲੇ ਕਹਿਣ ਦੇ ਇਸ਼ਾਰੇ ਨੋ ਬਾਲ ਹੈ ਨੋ ਬਾਲ ਹੈ ਨੋ ਬਾਲ ਹੈ ਬਿੱਲਿਆ ਪੱਖੇ ਜਰੀ ਮਾਰਨੀ ਆਹ ਸ਼ਕਤੀਮਾਨ ਵਾਲੇ ਇਸ਼ਾਰੇ ਤੇ ਸਾਹਮਣੇ ਕਹਿੰਦੇ ਇਸ ਵੇਲੇ ਖੇਡ ਮੈਦਾਨ ਚ ਨੋ ਬਾਲ ਤੇ ਫਰੀ ਇੱਟਾਂ ਹੈ ਫਰੀ ਇੱਟਾਂ ਫਰੀ ਇੱਟਾਂ ਫਰੀ ਇੱਟਾਂ ਇੱਕ ਵਾਧੂ ਰਨ ਉੱਥੇ ਇੱਟ ਲੱਗੀ ਹੈ ਇੱਟ ਲੱਗੀ ਹੈ ਪਿੱਛੇ ਗੁਰਮਾਨ ਇੱਟ ਦਿੰਦੀ ਹੈ ਫਿਆਜ ਕੱਲ੍ਹ ਮੈਂ ਖੇਡਦੇ ਸੀ ਨਵੇਂ ਨਹੀਂ ਹੈਗੇ ਤੁਹਾਨੂੰ ਪਤਾ ਸੀ ਗੱਲ ਅੰਪਾਇਰਾਂ ਦੇ ਇਸ਼ਾਰੇ ਆਪਾਂ ਜ਼ਰੂਰ ਮੰਨਣੇ ਆ ਅੰਪਾਇਰਾਂ ਦੇ ਫੈਸਲੇ ਜੱਜ ਬਰਾਬਰ ਜੱਜ ਦੇ ਫੈਸਲੇ ਰੱਬ ਬਰਾਬਰ ਅਗਲੀ ਬਾਲ ਪਾਉਣ ਲਈ ਪਹਿਲਾ ਟਾਕੋ ਵਾਲੀ ਆ ਤੇ ਸਾਹਮਣੇ ਮੁੰਡਾ ਸੱਤਿਆ ਮਾਮੇ ਰਖ ਜੀ ਲਾ ਵੀ ਸੱਤਮ ਕਰ ਲਿਆ ਤਿਆਰੀ ਮੁੰਡੇ ਆ ਪਿਛਲੇ ਮੈਚਾਂ ਵਿੱਚ ਪਹਿਲੀ ਪਹਿਲੀ ਤੇ ਆਊਟ ਹੋਇਆ ਅੱਜ ਕੁਝ ਨਾ ਕੁਝ ਕਰਨਾ ਪੈਣਾ ਕੁਝ ਨਾ ਕੁਝ ਤੇ ਕਰਨਾ ਪੈਣਾ ਕੁਝ ਨਾ ਕੁਝ ਤੇ ਕਰਨਾ ਪੈਣਾ ਕਰਨਾ ਜ਼ਰੂਰ ਪੈਣਾ ਹੁਣ ਪੈਂਦੀ ਹੋਈ ਬਾਲ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਇੱਕ ਸੋਹਣੀ ਬਾਲ ਪਰ ਦੇਖਿੰਦੇ ਥੋੜੀ ਜਿਹੀ ਮਿਸਗੇਟ ਤੇ ਇੱਕ ਰੱਖ ਕੇ ਜੋੜ ਦਿੰਦਾ ਲੱਭਾ ਆ ਗਿਆ ਸਾਹਮਣੇ ਸੱਤੋ ਬਾਲ ਦੀ ਧਰਤੀ ਦਾ ਲੱਭੇ ਦੀ ਪੂਰੀ ਅੱਧ ਦੀ ਚੜਾਈ ਹੈ ਗੁਰਮਰਦ ਰਾਜਪੂਤ ਹੁਣੇ ਭਰਾ ਸਾਡੇ ਔਰ ਇਸ ਕਟਾਰੀ ਤੇ ਕਹਿੰਦੇ ਵੱਡਾ ਮਾਰ ਕਰਦੇ ਸੁਦੀਪ ਦੇਗੀ ਵਰਗੇ ਕਿ ਜਦੋਂ ਸੱਤੋਵਾਲ ਚ ਕੱਪ ਖੇਡੇ ਗਏ ਨਾ ਤਦੋਂ ਸੱਤੋਵਾਲ ਦਾ ਸਨਮਾਨ ਜਿਹੜਾ ਇੱਕ ਮੋਟਰਸਾਈਕਲ ਦੇ ਨਾਲ ਸਪੈਸ਼ਲ ਤੌਰ ਤੇ ਕੀਤਾ ਗਿਆ ਕਿ ਕਹਿਣ ਕਹਿੰਦੇ ਅੱਜ ਕੱਲ੍ਹ ਉਹੀ ਮੋਟਰਸਾਈਕਲ ਦੇ ਚੱਲ ਕੇ ਜਿਹੜਾ ਮੈਚਾਂ ਵਿੱਚ ਆਉਣਾ ਅੱਜ ਲੱਭਾ ਕਹਿੰਦੇ ਸੱਤੋਵਾਲ ਦੀ ਧਰਤੀ ਦਾ ਸਾਹਮਣੇ ਕਰਨ ਲਈ ਤਿਆਰ ਬਰ ਤਿਆਰ ਸਿਰ ਤੇ ਬਾਜਾ ਮਲ ਕੇ ਦਿੱਤਾ ਤਾਜ ਔਰ ਕਹਿੰਦੇ ਖੇਡ ਮੈਦਾਨ ਦੇ ਸਾਹਮਣੇ ਮੁਕਾਬਲਾ ਬਿੱਲੇ ਨਾਲ ਪੈਂਦੀ ਬਾਲ ਦੇ ਫਿਰ ਸਾਹਮਣੇ ਬੱਲੇ 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 ਆ ਬਿੱਲੇ ਦਿੱਲੀ ਦੂਰ ਆ ਜੇ ਦਿੱਲੀ ਦੂਰ ਆ ਦਿੱਲੀ ਦੂਰ ਆ ਔਰ ਸਾਹਮਣੇ ਕਹਿੰਦੇ ਰੱਬੇ ਨੇ ਬੱਲੇ ਬੱਲੇ ਕਰਵਾ ਦਿੰਦੀ ਹੈ ਧੰਨ ਧੰਨ ਕਰਵਾ ਦਿੰਦੀ ਹੈ ਤੇ ਬਾਜਾ ਬੰਗ ਨੇ ਅਨੰਦਪੁਰ ਛੱਡ ਦਿੱਤਾ ਕੋਰਾ ਕਿਸੇ ਪਾਸੇ ਚੋਰਾ ਕਿਸੇ ਪਾਸੇ ਚਾਰ ਪੁੱਤ ਦਿੱਤੇ ਸੀ ਪਰਮਾਤਮਾ ਨੇ ਕਿ ਚੋਰਾ ਕਿਸੇ ਪਾਸੇ ਚੋਰਾ ਕਿਸੇ ਪਾਸੇ ਮਾਸ਼ੀ ਬਾੜੇ ਦੇ ਜੰਗਲਾਂ ਚ ਆਣ ਸੁੱਤਾ ਚੱਲ ਗਈ ਕਿਸੇ ਪਾਸੇ ਤੇ ਬਾਜ ਕਿਸੇ ਪਾਸੇ ਲਾਲ ਸਾਹਮਣੇ ਕਹਿੰਦੇ ਖੇਡ ਮੈਦਾਨ ਜਿਸ ਵੇਲੇ ਸਿੱਖ ਸਰਦਾਰ ਗੱਭਰੂਆ ਮੁੰਡਾ ਗੁਰੂ ਦਾ ਖਾਲਸਾ ਉਸ ਬਾਜਾ ਵੱਲ ਦੀ ਦਿੱਤੀ ਹੋਈ ਸਿੱਖੀ ਸਿਰ ਤੇ ਮੁੰਡੇ ਸੰਭਾਲ ਕੇ ਰੱਖੀ ਹੈ ਪੈਂਦੀਆਂ ਬਾਲਾਂ ਦੇ ਸਾਹਮਣੇ ਕਾਕੋ ਵਾਲੀਆ ਬਿੱਲਾ ਬੋਲਾ ਮਾਰਿਆ
ਨੰਬਰ ਸੁੱਕੋ ਵਾਲੀ ਹੈ ਬੜਾ ਲੰਬਾ ਸੁਬਾ ਆਹ ਖੇਡ ਰੋਡ ਕੇ ਖੇਡੀ ਹੈ ਇਹਨਾਂ ਦੀ ਰੋਡ ਰੱਖ ਕੇ ਭੱਜੀ ਹੈ ਰਾਜ ਰੱਖ ਦੇ ਤੇ ਦੀਪਾ ਜੀ ਬਾਲ ਦੇ ਤੇ ਕਾਕੋ ਵਾਲੀ ਆ ਪਹਿਲਾਂ ਤੇ ਸਾਹਮਣੇ ਨੰਬਰ 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 ਹੋ ਗਿਆ हाले भी तुले फिर कुछ नहीं बिगड़िया जे कंजा या सत्ते दोनों जो कमोड़ता है मैच फिर भी थोड़े पक्ष जा मतलब दसिया है पिछले टिकटा घट ने विकटा घट ने लाओ सामने कहते हजे मैच बाकी है हाले मैच बाकी लाई बॉल सामने कहते मुंडा कंजा ट्राई करता एक रंग वादे हो गए मित्र एक रंग वादे जो मुंडा कर देते हैं अच यह गल बहुत लगी भी बार वाले खिलाड़ी दो ओवर पा सकता पहला एक ओवर होर पाना एक ओवर तो होर पाना दसिए भाई कि रह गई बल है एक बाल रह गई एक रह गई बिले की बिले ने उस बॉल से विकेट आती है तो गल्ला टिकाने लग जानी है फिर गल होर हो जानी है लाभ मित्र मैच बड़ा सिरे का सत्ते अपने सामना करना उन्हें पला बना लगी गल्ला मंगा लिया अच्छे चेन गोली की मेन गोली च नहीं लिया देखो दे आखिरी गल्ला अपना मंगा लिया लाल सामने कहीं खेल बना के पैगी बाल आ बॉल से कोई जरूर होना लगा पर सामने बड़े पे लाओ सामने तीर रन जी दो ओवर की समाप्ति तीह है बिल्लिया तीह रन हाले भी मैच बन सकता जे कितने विकट आ गई ना मैच बनता है जे कितने विकट आगे ना मैच बन जाना इस वे खेल मैदान सामना सिंह ने करना तो फयाज की बॉल होनी है भाई फयाज मुंडा खिच तैयारी नौजवान तैयारी खिच सोहनिया बोलों पाया बनिया वधिया बोलों पाया बनिया वधिया बोलों पाया बनिया गज्जे ने भी पूरी आती चढ़ाई है गज्जे ने भी पिछले मैच में 52 रन मारे है अज कहते फिर सामना गए पर इस वे सामने सत्यम है फ्याज के सत्यम पैंती प्रीति मैं जिम्मे ताड़ी मारी है बड़ी देर बाद ताड़ी बची है ताड़ी बड़ी देर बाद बची है ताड़ी बची है सोचा बच बह गए राबे भाजी सोचा बच बह गए सोचा च बह गए हूं गल कीतो 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 की बन गई मैनू गल भी समझ नहीं आई भी गल कीतो कीतो की बन गई मैनू गल भी समझ नहीं बनती की है जी गल बस हो गई देखो सामने खेल मैदान जी बॉल तो फ्याज ने फिकर कटी है ना वो बड़ी कीमती है बड़ी कीमती है लाओ सामने पिछले साल की चैंपियन टीम है जी खेलती पी है पर इस वे गल टिकाने लग गया मुंडा पिछे है बाल बोलेगी जरूर पिछे खिलाड़ी दूजे दिन भाजे नौजवान है पर नहीं उन्हें वापस मोड़ता जे दो कदम होर कट जाता ना गंजा कहते विकेट जरूर निकल जाने गंजा बड़ा तेज है बड़ा दिमागी खिलाड़ी है बड़ा चुस्त फुर्तीला खिलाड़ी है लाओ सामने कहते गंजे ने सामना करना फ्याज ते गंजा गंजा ते फ्याज ते गंजा फ्याज गंजा मोड़ता ना अद्धा मैच जितेगा दो मित्र जे फ्याज गंजा मोड़ता ना अद्धा मैच जितेगा लाओ सामने पैंती बाल बड़ा ही दिमागी खिलाड़ी घर तक छद के आता है घर तक छद लाओ सामने कहीं खेल बना बहुत सत्कार जो साके जी साडा बड़ा प्यारा वीर है जिंदगी का बड़ा माण है धुना लुधियाने वाला वो फादर साहब पुजे है वाडा धन्यवाद है जी पहुंचण दे साडी जिंदगी का बड़े प्यारा वीर है लाओ सामने कहते खेल मैदान इस वे मुंडा गज्जा सामने मेरे वीर खेल मैदान में सामना कर ली प्यार बरता रहे सवेरे पैदी बाल तो मुंडा ट्राई करता लाभ इरफान इतने चौका छेका नहीं जाना चाहिए जे चौका छेका पर फील्ड भी मित्रा थे भी मेरे ध्यान मारना पड़ा तीजे की मांग दो रन बड़े सामने गज्जे ने जोड़ दिते है आ गज्जे ने कुछ ना कुछ जरूर करना है राज भाई गज्जे जरूर कुछ जरूर करना है चाहता इन्हें कुछ ना कुछ इसे ओवर च कर देना जागले च यह गल पक्की है क्योंकि जेडे हिसाब से गज्जा खेलना पैना है आप तुम दसिया भी कहो जुगन छक्का बजे 200
लाओ हर प्रीत के सामने कर रहा है नब्बे नाल यारी है इस सामने सिख सरदार गुप्तर मुंडा तेरे सामने कर ले तैयार साहू के सभा का मालिक है इस वेले खेल मैदान विच पिछतलो भोले भाले अड़गे धरती पर टप्पे वाले गल टिकाने लाही जाते ने मैं बेनती करता भाई जी एक होर खेल मैदान के विच कोई भी जिहड़ा वीर होगा वो नशा करके अंदर नहीं आऊगा गुटका जरदा भी जिहड़ी पाबंदी है ग्राउंड के अंदर बेनती करता भी जे किसी ने गुटका जरदा खाधा प्लीज बाहर जाके अपना थोका आइए फिर आप कराइए ग्राउंड के कोई भी खिलाड़ी जो गुटका जरदे तो बिना जरा खाते ग्राउंड ना आए पाबंदी लाई गई है गुटका जरदे की पाबंदी है जी खिलाड़ी ग्राउंड ना लाओ सामने खेल मैदान भी किसने छियाली रन हो चुके लाओ सामने खेल के मैदान विच क्योंकि नशा जो करते ने हमेशा रोते हैं जिंदगी च कदे हसते नहीं नशा जो करते हैं जिंदगी में कदे हमेशा रोते हैं कदे हसते नहीं भी तोड़ा तोड़ा बेचने वाले फस जाते ट्रकों के ट्रक क्यों फसते नहीं तुहाडे देश नूं स्वर्ग बना देंगे प्लीत वादे करते करते कदे थकते नहीं जिहड़ी कभी करोना तो आउंदी आ नित फड़दे कुछ ना कुछ जरूर होना है जे तू गंजा मोड़ता है पता मैं जित के मित्रा हजे भी टुले बिना मैं कुछ नहीं बिगड़ा जे गंजा मोड़ता ना टारगेट गंजे दे है भी टारगेट गंजे दे है पहली बार उस वेले काकू वाली बिल्ला बॉल पाता तो बड़ा दिमागी है उन्हें कहने जे गंजा भज के रहे कि बॉल तो फिर भज के रहे जे बिल्ले में भज के भी भज गया ना कुछ ना कोई लत्त बात झूठ रही है पर ध्यान रखी लाओ मेरे खेल मैदान पर गंजा सामने करेगा मेरे वीर सामने खेल मैदान च बड़ी सिरे की टक्कर है बिल्ले की बार सामने गंजा गंजा से बिल्ला गंजा से बिल्ला गंजा से बिल्ला लाओ सामने खेल मैदान पहली बार बिल्ले की बार सामने गंजा मेरे वीर गंजे ने सामना करना गंजे ने वाले हो गंजे वाले हो गंजा दिमागी है बड़ा दिमाग है किसी पास फड़ना पैना जिन्हू ना टेकिया ना थोनू घरे वापस मोड़ देना यह कुछ ना कहना छोटा जरूर कुछ ना कुछ कर देना लाओ सामने कहते पैदी बाल उस वेखे तलाब भी चढ़ चला एक रन मिलिया जरूर पर मिलिया बड़ा अच्छा हुआ बिल्लिया आपको ही देता गुस्सा नहीं करीदा भी चिट्टे वाले गालों नाल बापू दिया गालों नाल गुस्सा नहीं करीदा लाओ कहीं गुस्सा नहीं करीदा खेल मैदान गुस्सा नहीं करीदा 50 रन हो गया जी 50 हो गए ਵੀ ਰਨ ਮਿਲਣਾ ਛੇ ਹੀ ਰਹਿ ਗਿਆ ਪਾਣੀ ਸਿਰ ਤੋਂ ਲੰਘ ਗਿਆ ਹੁਣ ਤਾਂ ਗਿੱਡੇ ਦੇ ਮਾਰ ਦਾ ਫਾਇਦਾ ਕੋਈ ਨਹੀਂ ਲਾਓ ਜਿਗਰ ਦਾ ਪਤਾ ਨਹੀਂ ਸੁਣੇ ਆ ਵੀ ਜਲ ਖਿਡਾਰੀ ਦੱਸੋ ਜੀ ਕਿੰਨੇ ਰਨ ਹੈ ਕਿਆ ਕਵਰ ਹੋ ਗਏ ਜੀ 12 ਬੋਲਾਂ 'ਚ 6 ਰਹਿ ਗਏ ਜਿੱਤਣ ਵਾਲੀ ਟੀਮ ਫਾਈਨਲ ਚ ਜਾਊਗੀ ਇੱਕ ਗੱਲ ਮੈਂ ਹੋਰ ਦੱਸ ਦਿੰਦਾ ਵੱਡੀ ਦਾਅਵੇਦਾਰ ਹੈ ਦੇਖੋ ਔਰ ਜਿੱਡੀ ਦਾਅਵੇਦਾਰੀ ਪੇਸ਼ ਕੀਤੀ ਇਹਨਾਂ ਨੇ ਬੈਠ ਕੇ ਮੇਰਾ ਹਾਲੇ ਤੱਕ ਕੋਈ ਮੈਚ ਨਹੀਂ ਹਾਰੇ ਪਿਛਲੇ ਸਾਲ ਦੀ ਚੈਂਪੀਅਨ ਟੀਮ ਹੈ ਕਿ ਜਿਹੜੀ ਕਹਿੰਦੇ ਉੱਧਰ ਬਹੁਤ ਹੀ ਸਤਿਕਾਰ ਜੋ ਸਾਡਾ ਵੀਰ ਹੈ ਤੁੰਨਾ ਉਹਦੇ ਫਾਦਰ ਸਾਹਿਬ ਆਏ ਨੇ ਵੱਡਾ ਧੰਨਵਾਦ ਹੈ ਜੀ ਤੁਹਾਡੇ ਪਹੁੰਚਣ ਦੇ ਆਪ ਕਹਿੰਦੇ ਖੇਡ ਦੇ ਮੈਦਾਨ ਵਿੱਚ ਸਾਹਮਣੇ ਮੁੰਡਾ ਗੰਜਾ ਸਾਹਮਣੇ ਕਰ ਲਈ ਤਿਆਰ ਵਰਤਿਆਰ ਇਸ ਵੇਲੇ ਬਾਲਾਂ ਜਿਹੜੇ ਮੁੰਡਾ ਪਾਉਣ ਦੇ ਤਿਆਰ ਵਰਤਿਆਰ ਤੇ ਸਾਹਮਣੇ ਗੰਜੇ ਨੇ ਕਹਿੰਦਾ 6 ਰਨ ਬਾਕੀ ਆ ਪਹਿਲੀ ਬਾਲ ਉਹਨੇ ਟਰਾਈ ਕੀਤੀ ਛੱਕੇ ਦੀ
ਨਾਮ ਮਿੱਤਰਾ ਛੱਕੇ ਤਾਂ ਕਿਤੇ ਨੱਬੇ ਨੇ ਸਮਝਾਇਆ ਨਾ ਮਿੱਤਰਾ ਨਾ ਮਿੱਤਰਾ ਕਿਤੇ ਰਹਿੰਦੇ ਪਿੱਛੇ ਖਿਡਾਰੀ ਨਹੀਂ ਕੋਈ ਫਿਰ ਕੋਈ ਪਿੱਛੇ ਖਿਡਾਰੀ ਨਹੀਂ ਕੋਈ ਕਿਤੇ ਹਾਸੇ ਦਾ ਤਮਾਸ਼ਾ ਨਾ ਬਣ ਜਾਵੇ ਹਾਸੇ ਦਾ ਤਮਾਸ਼ਾ ਨਾ ਕਿਤੇ ਬਣ ਜਾਵੇ ਪਹਿਲੀ ਵਾਰ ਉਸ ਵੇਲੇ ਗੱਦੀ ਨੇ ਸ਼ੂਲਟਰ ਗੱਦੀ ਆ ਪਹਿਲੀ ਵਾਰ ਦੇ ਕੁੱਤੇ ਤਿੰਨ 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 ਚਾਰ ਹੋ ਗਏ ਚਾਰ ਹੋ ਗਏ ਚਾਰ ਹੋ ਗਏ ਚਾਰ ਨਾ ਉਹ ਸਾਹਮਣੇ ਦੋ ਰਨ ਵੱਧਦੇ ਦੋ ਰਨ ਰਹਿ ਗਏ ਦਸ ਬੋਲਾਂ ਚ ਦੋ ਰਹਿ ਗਏ ਦੋ ਰਹਿ ਗਏ ਗੱਜੇ ਦੇ ਪਾਈ ਦੇ ਗੱਜੇ ਦੀ ਖੇਡ ਸੋਹਣੀ ਲੱਗੀ ਪਾੜੀ ਮਾਰ ਕੇ ਕੋਰੀ ਵਾਹ ਗੱਜਿਆ ਵਾਹ ਗੱਜਿਆ ਟੀਮ ਫਾਈਨਲ ਚ ਪਹੁੰਚਾ ਗਈ ਮੁੰਡੇ ਫਾਈਨਲ ਚ ਆਖਰੀ 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 ਦਾਅ ਦੇ ਹੁੰਦੇ ਨਾ ਮੁੰਡੇ ਆਖਰੀ ਆਖਰੀ ਦਾਅ ਤੋਂ ਦੇਖਣ ਕਿਹੜੀ ਟੀਮ ਪਹੁੰਚਦੀ ਆ ਵੀ ਗੱਲਾਂ ਫਾਈਨਲ ਦੀ ਹੋਣ ਡਿਆ ਸਾਹਮਣੇ ਆ ਮੇਰੇ ਵੀਰੋ ਲਾਓ ਸਾਹਮਣੇ ਖੇਡ ਦੇ ਮੈਦਾਨ ਵਿੱਚ ਪੈਂਦੀ ਫੁਗਾਲ ਸੋਏ ਬੱਲੇ 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 ਗੱਜੇ ਨੇ ਛੱਕਾ ਮਾਰ ਕੇ ਦਾ ਛੱਕਾ ਮਾਰ ਕੇ ਵੱਡੀ ਮੁਬਾਰਕਬਾਦ ਹੈ ਜੀ ਰਾਜ ਭਾਜੀ ਲਗਾਤਾਰ ਦੂਜੇ ਸਾਲ ਜਿਹੜੇ ਨੇ ਫਾਈਨਲ ਚ ਪਹੁੰਚ ਚੁੱਕੇ ਆ।